ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਪੰਜਾਬੀ میوزਿਕ ਇੰਡਸਟਰੀ ਦਾ ਦੇਸੀ ਰੌਕ 스타 ਯਾਨੀ ਕਿ ਗਿੱਪੀ ਗਰੇਵਾਲ ਜਿਹੜਾ ਅਕਸਰ ਸੋਸ਼ਲ ਮੀਡੀਆ ਤੇ ਆਪਣੇ ਬੇਟਿਆਂ ਦੇ ਨਾਲ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਔਰ ਜੇਕਰ ਗੱਲ ਕੀਤੀ ਜਾਵੇ ਸ਼ਿੰਦਾ ਅਤੇ ਇਕਮਦੀ ਇਹ ਦੋਨੋਂ ਖੂਬ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਨੇ ਗਿੱਪੀ ਗਰੇਵਾਲ ਦੇ ਨਾਲ ਔਰ ਹਾਲ ਹੀ ਦੇ ਵਿੱਚ ਇਹ ਦੋਨੋਂ ਬਣ ਕੇ ਨਜ਼ਰ ਆਏ ਨੇ ਬ੍ਰੋਕ ਲੈਸਨਰ ਅਤੇ ਨਾਲ ਦੇ ਨਾਲ ਜੌਨ ਸੀਨਾ ਅਤੇ ਦੋਨਾਂ ਵਿੱਚ ਆਲੇ ਫਾਈਟ ਵੀ ਹੋ ਜਾਂਦੀ ਹੈ ਹੁਣ ਕੌਣ ਮੱਲਾ ਮਾਰਦਾ ਇਹਨਾਂ ਦੋਨਾਂ ਦੇ ਵਿੱਚੋਂ ਯਾਨੀ ਕਿ ਡਬਲਯੂਡਬਲਯੂ ਦੇ ਸੁਪਰਸਟਾਰ ਬਣ ਕੇ ਆਉਤੋਂ ਦਿਖਾਣੇ ਜੌਨ ਸਿਨਾ ਉਹ ਜੌਨ ਸਿਨਾ ਤੂੰ ਥੋੜਾ ਕਮਜ਼ੋਰ ਜਾ ਹੋ ਗਿਆ ਲੱਗਦਾ ਮੈਨੂੰ ਅੱਜ ਕੱਲ ਐਕਸਰਸਾਈਜ਼ ਘੱਟ ਹੁੰਦੀ ਆ ਬੁੱਢਾ ਹੋ ਗਿਆ ਬੁੱਢਾ ਹੋ ਗਿਆ ਹਾਂ ਦੂਜਾ ਕਿਹੜਾ ਵਾ ਦੱਦ ਦੱਦ ਇਹ ਕਿਹੜਾ ਵਾ ਬ੍ਰੋਕਲੈਸਨਰ ਬ੍ਰੋਕਲੈਸਨਰ ਤੇਰੀ ਟੋਪੀ ਡਿੱਗ ਚਲੀ ਪਿੱਛੇ ਨੂੰ ਓਹ ਓਹ ਬ੍ਰੋਕਲੈਸਨਰ ਕੀ ਬਲੌਕ ਕੀ ਬ੍ਰੋਕਲੈਸਨਰ ਬ੍ਰੋਕ ਬ੍ਰੋਕਲੈਸਨਰ ਲੈਸਨਰ ਓਹੋ ਜੌਨ ਸੀ ਨੇ ਤਾਂ ਪੈਣ ਨੂੰ ਫਿਰਦਾ ਬਈ ਚੱਕ ਲੈ ਜੌਨ ਸੀ ਨੇ ਓਏ ਹੋਏ ਓਹ ਓਹ ਉਹ ਜ਼ੱਟ ਲਿਆ ਬ੍ਰੋਕਲੈਸਨਰ ਹੈਲੋ ਹਾਈ ਓਏ ਜਾਨਤੀਰੇ ਫਿਲਹਾਲ ਤੁਹਾਨੂੰ ਗਿੱਪੀ ਗਰੇਵਾਲ ਦੇ ਕਿਹੜੇ ਬੇਟੇ ਦੇ ਵਿੱਚ ਜ਼ਿਆਦਾ એનર્ਜੀ ਲੱਗਦੀ ਹੈ ਅਤੇ ਕੀ ਸੋਚਦੇ ਇਨਾਂ ਦੋਨਾਂ ਦੇ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोर ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर